ਸਮਾਨਤ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਚੋੜਾਮਾਜਰਾ ਵੱਲੋਂ ਆਪਣੇ ਦਫ਼ਤਰ ਦੇ ਵਿੱਚ ਜਿਹੜੇ ਦਿਵਿਆਂਗ ਲੋਕ ਸੀ ਜ਼ਰੂਰਤਮੰਦ ਲੋਕ ਸੀ ਉਹਨਾਂ ਨੂੰ ਟ੍ਰਾਈ ਸਾਈਕਲਾਂ ਤਕਸੀਮ ਕੀਤੀ ਗਈ। 25 ਜ਼ਰੂਰਤਮੰਦਾਂ ਵਿੱਚ ਕੁਝ ਮਹਿਲਾਵਾਂ, ਕੁਝ ਲੜਕੀਆਂ ਤੇ ਕੁਝ ਬਜ਼ੁਰਗ ਸੀ ਜਿਨ੍ਹਾਂ ਨੂੰ ਇਹ ਸਾਈਕਲਾਂ ਤਕਸੀਮ ਕੀਤੀ ਗਈਆਂ। ਉਹਨਾਂ ਨੇ ਕਿਹਾ ਕਿ ਇਹਨਾਂ ਦੇ ਜੀਵਨ ਦੇ ਵਿੱਚ ਇਹ ਟ੍ਰਾਈ ਸਾਈਕਲਾਂ ਇੱਕ ਸਹਾਈ ਸਿੱਧ ਹੋਣ ਦੇ ਲਈ ਇਹ ਉਪਰਾਲਾ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਅੱਜ ਦੇ ਦਿਨ ਇਹ ਲੋਕ ਜਿਹੜੇ ਚੱਲ ਫਿਰ ਨਹੀਂ ਸਕਦੇ, ਇਹਨਾਂ ਨੂੰ ਚੱਲਣ ਫਿਰਨ 'ਚ ਮੁਸ਼ਕਲ ਆਉਂਦੀ ਹੈ, ਟ੍ਰਾਈ ਸਾਈਕਲਾਂ ਇਹਨਾਂ ਦੇ ਲਈ ਚੰਗੀ ਸਾਬਤ ਹੋਣਗੀਆਂ। मैं तो सच्चे पातशाह का बेनती करता कि सच्चे पातशाह सब नूं तंदुरुस्त रखो। ये अज साडे जिहड़े भैण भरा जिहड़े अंगहीन सी उन्हां नूं अज ट्राईसाइकल 25 ट्राईसाइकल है जिहड़े वह दिते गए ने, और परमात्मा अग्गे दुआ बेनती करदे आं कि सब नूं तंदुरुस्त रखे और चढ़दी कला च रखे। कैमरामैन बीके गर्ग दे नाल पुरशोत्तम कौशिक, समाणा न्यूज़।